ਇਹ ਬਾਈ 13 ਤਰੀਕ ਨੂੰ ਨਾ ਇੱਥੇ ਟਾਲੀਆਂ ਪੱਟੀਆਂ ਗਈਆਂ, ਸਿਲਵਰਾ ਪਿੰਡ ਖੜੇ ਹਾਂ ਆਪਾਂ। ਆਹ ਟਾਲੀਆਂ ਪੱਟੀਆਂ ਪਈਆਂ, ਉਵੇਂ ਆਹ ਪਈ ਹੈ, ਆਹ ਪਈ ਹੈ, ਉਧਰ ਪਈਆਂ ਨੇ। 3 ਟਾਲੀਆਂ ਇੱਥੇ ਪੱਟੀਆਂ ਗਈਆਂ, 5 ਟਾਲੀਆਂ ਪੱਟੀਆਂ ਗਈਆਂ ਪਿੰਡ ਕਾਲੋ ਕੇ। ਤੁਸੀਂ ਆਹ ਦੇਖੋ ਵੀ ਇੱਥੇ ਆਹ ਟਾਲੀਆਂ ਪੱਟੀਆਂ, ਆਹ ਸੜਕ ਹੈ, ਆਹ ਨਾਲ ਪੱਕਾ ਖਾਲ ਹੈ। ਪੱਕੇ ਖਾਲ ਤੇ ਸੜਕ ਦੇ ਵਿਚਾਲੇ ਟਾਲੀਆਂ ਸੀ। ਅੱਜ 7 ਦਿਨ ਹੋ ਗਏ, ਉਹ ਕਿਹੜਾ ਅਫਸਰ ਹੈ, ਕਿਹੜਾ ਅਧਿਕਾਰੀ ਹੈ ਜਿਹਦੇ ਕੋਲ ਮੈਂ ਗਿਆ ਨਹੀਂ? ਇੱਥੋਂ ਤੱਕ ਇਹਨਾਂ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਜੀ, ਚੀਫ ਸੈਕਟਰੀ ਗੁਰਕੀਰਤ ਕਿਰਪਾਲ ਜੀ, ਉਹਨਾਂ ਤੱਕ ਮੈਂ ਪਹੁੰਚ ਹੋਈ, ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ, ਮੈਂ ਵੀਡੀਓ ਬਣਾ ਬਣਾ ਭੇਜੀਆਂ, DFO ਨੂੰ ਮਿਲਿਆ, DC ਬਠਿੰਡੇ ਨੂੰ ਮਿਲਿਆ, SSP ਬਠਿੰਡੇ ਨੂੰ ਮਿਲਿਆ, ਕੋਈ ਕਾਰਵਾਈ ਨਹੀਂ। ਆਹ ਤੁਸੀਂ ਦੇਖੋ ਸਾਰੀਆਂ ਚਿੱਠੀਆਂ ਨੇ ਮੇਰੇ ਕੋਲੇ, ਇਹ ਸਾਰੀਆਂ ਉਹ ਚਿੱਠੀਆਂ ਨੇ ਜਿਹੜੀਆਂ DFO ਨੇ, ਜਿੱਦੇ ਟਾਲੀਆਂ ਪੱਟੀਆਂ ਜਾਂਦੀਆਂ, ਮੈਂ ਉਸ ਦਿਨ DFO ਨਾਲ ਗੱਲ ਕਰਦਾ, ਕੋਈ ਗੱਲ ਮੇਰੇ ਪੱਲੇ ਨਹੀਂ ਪੈਂਦੀ, ਮੈਂ ਕ੍ਰਿਸ਼ਨ ਕੁਮਾਰ ਨਾਲ ਗੱਲ ਕਰਦਾ, ਮੈਂ ਤੁਸੀਂ ਸੈਕਟਰੀ ਹੋ, ਸਰਕਾਰੀ ਟਾਲੀਆਂ ਪੱਟੀਆਂ ਨੇ, ਇਹਦੀ ਕਾਰਵਾਈ ਦੱਸੋ। ਕਹਿੰਦੇ ਕਾਰਵਾਈ ਇਹਦੀ ਕੋਈ ਗੱਲ ਨਹੀਂ, ਅਸੀਂ ਕਰਦੇ ਹਾਂ, ਨਾ ਹੋਈ। ਮੈਂ ਸਾਰੀ ਵੀਡੀਓ ਬਣਾ ਕੇ ਭੇਜੀ ਕ੍ਰਿਸ਼ਨ ਕੁਮਾਰ ਨੂੰ, ਉਹਨਾਂ ਨੇ DC ਨੂੰ ਫੋਨ ਲਾਇਆ ਬਠਿੰਡੇ, DC ਨੂੰ DFO ਨੂੰ ਕਿਹਾ, ਇੱਥੇ ਜੰਗਲਾਤ ਅਫਸਰ, ਰੇਂਜ ਅਫਸਰ ਇੱਥੇ ਆ ਗਏ, ਕਾਰਵਾਈ ਕਰਕੇ। ਤੁਸੀਂ ਹੈਰਾਨੀ ਦੀ ਗੱਲ ਦੇਖੋ, ਆਹ ਮੁੱਖ ਥਾਣਾ ਅਫਸਰ ਫੂਲ ਜੰਗਲਾਤ ਮਹਿਕਮੇ ਵੱਲੋਂ ਇਹਨੂੰ ਚਿੱਠੀ ਲਿਖ ਕੇ ਦੇਤੀ ਵੀ ਸਾਡੀਆਂ ਟਾਲੀਆਂ ਪੱਟੀਆਂ ਗਈਆਂ, ਸਾਡੀਆਂ ਟਾਲੀਆਂ ਚੋਰੀ ਹੋਈਆਂ ਨੇ, ਇਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ, ਉਸ ਕਾਰਵਾਈ ਦੇ ਨਾ ਹੋਣ ਦੇ ਕਾਰਨ ਉਸ ਤੋਂ ਬਾਅਦ DFO ਜਿਹੜਾ ਜ਼ਿਲ੍ਹਾ ਜੰਗਲਾਤ ਅਫਸਰ ਹੈ, ਉਹਨੇ SSP ਬਠਿੰਡੇ ਨੂੰ ਚਿੱਠੀ ਲਿਖ ਕੇ ਭੇਜੀ ਵੀ ਤੁਹਾਡਾ ਥਾਣਾ ਫੂਲ ਕਾਰਵਾਈ ਨਹੀਂ ਕਰਦਾ, ਫਿਰ ਵੀ ਕਾਰਵਾਈ ਨਹੀਂ। ਇੱਥੋਂ ਦਾ MLA ਹਲਕਾ ਫੂਲ ਦਾ ਬਲਕਾਰ ਸਿੱਧੂ ਸ਼ਰੇਆਮ ਬੰਦਿਆਂ ਦੀ ਮਦਦ ਕਰ ਰਿਹਾ, ਸ਼ਰੇਆਮ ਪੁਲਿਸ ਨੂੰ ਕਹਿੰਦਾ ਪਰਚਾ ਨਹੀਂ ਹੋਣ ਦੇਣਾ। ਅੱਜ ਮੈਨੂੰ 8 ਦਿਨ ਹੋ ਗਏ, ਉਸ ਤੋਂ ਬਾਅਦ ਮੈਂ ਸਾਰੀਆਂ ਚਿੱਠੀਆਂ ਹਾਈ ਕੋਰਟ ਨੂੰ, ਮੁੱਖ ਮੰਤਰੀ ਨੂੰ, ਸੈਸ਼ਨ ਜੱਜ ਨੂੰ, ਸੈਕਟਰੀ, ਚੀਫ ਸੈਕਟਰੀ ਨੂੰ, ਹੋਮ ਸੈਕਟਰੀ ਨੂੰ, ਸਾਰਿਆਂ ਨੂੰ ਚਿੱਠੀਆਂ ਕੱਢਤੀਆਂ, ਕੋਈ ਕਾਰਵਾਈ ਨਹੀਂ। ਪੰਜਾਬ ਦਾ ਮੁੱਖ ਮੰਤਰੀ ਡਰਾਮੇ ਕਰਦਾ, ਆਹ ਜੀ ਨੰਬਰ ਦੇਤਾ ਜੀ, ਫਲਾਨਾ ਨੰਬਰ ਆ ਜੀ, ਮੈਂ ਬੋਲਣ ਲੱਗਿਆ ਤੁਸੀਂ ਇੱਕ ਫੋਨ ਕਰੋਗੇ, ਤੁਸੀਂ ਇੱਕ ਵੀਡੀਓ ਬਣਾ ਕੇ ਪਾਓਗੇ WhatsApp ਤੇ, ਨਾਲ ਦੀ ਨਾਲ ਤੁਹਾਨੂੰ ਤੁਹਾਡੀ ਸੁਣਵਾਈ ਹੋਊਗੀ। ਕਿੱਥੇ ਯਾਰ ਕਿਹੜੀਆਂ ਗੱਲਾਂ ਕਰਦਾ, ਅੱਜ ਮੈਨੂੰ 8 ਦਿਨ ਹੋ ਗਏ, ਮੇਰੇ ਵਰਗੇ ਬੰਦੇ ਨੂੰ 8 ਦਿਨ ਹੋ ਗਏ ਲਗਾਤਾਰ ਭਗਾਈ ਕਰਦੇ ਫਿਰਦੇ ਨੂੰ, ਸਾਰੇ ਦਫ਼ਤਰ ਸ਼ਾਂਤ ਤੇ, ਕੋਈ ਬੰਦਾ ਨਹੀਂ ਛੱਡਿਆ। ਆਪਾਂ ਕਹਿੰਦਾ ਬੜਾ ਬੜਾ ਕੜਕ ਅਫਸਰ ਆ ਕ੍ਰਿਸ਼ਨ ਕੁਮਾਰ, ਬੜਾ ਘੈਂਟ ਬੰਦਾ, ਉਹ ਵੀ ਹੱਥ ਖੜੇ ਕਰ ਗਿਆ। ਕੱਲ੍ਹ ਮੇਰੀ ਦੁਬਾਰੇ ਗੱਲ ਹੋਈ, ਮੈਂ ਕਿਹਾ ਅੱਜ 8 ਦਿਨ ਹੋ ਗਏ, ਦੱਸੋ ਟਾਲੀਆਂ ਸਰਕਾਰੀ ਪੱਟੀਆਂ ਪਈਆਂ ਨੇ, ਆਹ ਟਾਲੀ ਦੇਖ ਲਾ, ਐਡੀਆਂ ਐਡੀਆਂ ਟਾਲੀਆਂ ਜੱਫੇ 'ਚ ਨਹੀਂ ਆਉਂਦੀਆਂ, ਆਹ ਪੱਟੀਆਂ ਪਈਆਂ। ਅੱਜ 8 ਦਿਨ ਹੋ ਗਏ, ਕੋਈ ਕਾਰਵਾਈ ਨਹੀਂ। ਕਿਹੜੇ ਡਰਾਮੇ ਕਰਦਾ ਭਾਂਸਿਆਂ, ਕਿਹੜੀਆਂ ਗੱਲਾਂ ਕਰਦਾ ਕਿ ਸਾਡੇ ਇੱਕ ਫੋਨ ਕਰੋ ਕਾਰਵਾਈ ਹੋਊਗੀ। ਉਹ ਯਾਰ ਮੇਰੇ ਵਰਗਾ ਬੰਦਾ 8 ਦਿਨ ਹੋ ਗਏ ਆ, DC, SSP, ਸੈਕਟਰੀਆਂ ਤੱਕ ਪਹੁੰਚ ਕਰ ਲਈ, ਚਿੱਠੀਆਂ ਕੱਢਤੀਆਂ, ਉਹਨਾਂ ਨੇ ਵੀ ਗਾਹਾਂ ਥਾਣੇ ਨੂੰ ਲਿਖਤਾ, ਸ਼ਰੇਆਮ ਫੂਲ DSP ਹੱਥ ਖੜੇ ਕਰੀ ਜਾਂਦਾ ਕਿ ਨਹੀਂ ਜੀ ਕਾਰਵਾਈ ਨਹੀਂ ਕਰ, ਕਿਉਂ ਨਹੀਂ ਕਰ ਦੱਸ। ਮੈਂ ਪੁੱਛਣਾ ਚਾਹੁੰਦਾ ਪੰਜਾਬ ਪੁਲਿਸ ਤੋਂ, SSP ਬਠਿੰਡੇ ਤੋਂ, DSP ਫੂਲ ਤੋਂ, SHO ਫੂਲ ਤੋਂ ਵੀ ਆਹ ਟਾਲੀਆਂ ਪੱਟੀਆਂ ਪਈਆਂ, ਜੰਗਲਾਤ ਅਫਸਰ ਵੱਲੋਂ ਤੁਹਾਡੇ ਕੋਲ ਸ਼ਿਕਾਇਤ ਆ ਚੁੱਕੀ ਹੈ ਵੀ ਸਾਡੀਆਂ ਟਾਲੀਆਂ ਪੱਟੀਆਂ, ਕਾਰਵਾਈ ਕਰੋ, ਕਿਉਂ ਨਹੀਂ ਕਰਦੇ ਬਈ? MLA ਸ਼ਰੇਆਮ ਜ਼ੋਰ ਲਾ, ਸ਼ਰੇਆਮ ਹੱਕ 'ਚ ਖੜ ਗਿਆ ਆ ਕੇ। ਇੱਕ ਪਾਸੇ ਸਰਕਾਰਾਂ ਕਹਿੰਦੀਆਂ ਵਾਤਾਵਰਨ ਬਚਾ ਲਓ ਜੀ, ਵਾਤਾਵਰਨ ਦਿਵਸ ਮਨਾ ਲਓ ਜੀ, ਰੁੱਖ ਲਾਓ ਜੀ, ਪਾਣੀ ਬਚਾਓ ਜੀ, ਧਰਤੀ ਬਚਾਓ ਜੀ, ਆਹ ਹਾਲਾਤ ਨੇ ਯਾਰ। ਇੱਕ ਪਾਸੇ ਆਹ ਟਾਲੀਆਂ, ਆਹ 3 ਟਾਲੀਆਂ ਪੱਟੀਆਂ ਪਿੰਡ ਸਿਲਵਰਾ ਦਾ ਬੰਦਾ ਹਰਪ੍ਰੀਤ ਸਿੰਘ ਪੁੱਤਰ ਆਪਣਾ ਜਸਵੰਤ ਸਿੰਘ ਜਿਹਨੇ ਪੱਟੀਆਂ, ਉਹ 5 ਟਾਲੀਆਂ ਪੱਟ ਕੇ ਗਏ ਵੀ ਕਰਤੀਆਂ, ਚੱਕ ਹੀ ਲੈ ਗਿਆ, ਚੋਰੀ ਦਾ ਪਰਚਾ ਬਣਦਾ ਪਿੰਡ ਕਾਲੋਕਿਆਂ ਦਾ।
ਗੁਰਦੀਪ ਸਿੰਘ ਜਸਕਰਨ ਸਿੰਘ ਪੁੱਤਰ ਕਰਮ ਸਿੰਘ ਦੋਨੇ ਭਰਾਵਾਂ ਨੇ ਪੱਟ ਕੇ ਪੰਡ ਵਾਲੀਆਂ ਗਏ ਵੀ ਕਰਤੀਆਂ, ਉਹ ਇੱਕ ਥਾਪੜਦੇ ਆ, ਕਹਿੰਦੇ ਸਾਡੇ ਨਾਲ ਐਮ ਐਲ ਏ ਖੜਾ, ਸਾਡੀ ਕਿਹੜਾ ਕੋਈ, ਸਾਡੇ ਕਿਹੜਾ ਕੋਈ ਪਰਚਾ ਕਰਾ ਦੂ, ਐ ਇੱਕ ਥਾਪੜਦੇ ਪਿੰਡ ਚ ਉਹ ਬੰਦੇ, ਇਹ ਵੀ ਇੱਕ ਥਾਪੜਦੇ ਆ। ਆਹ ਐ ਆਹ ਕੁਛ ਕਰਦੀਆਂ ਸਰਕਾਰਾਂ ਇੱਥੇ ਯਾਰ। ਜੇ ਮੇਰੇ ਵਰਗੇ ਬੰਦੇ ਦੀ ਕੋਈ ਸੁਣਵਾਈ ਨਹੀਂ ਲੈਣ, ਉਹ ਆਮ ਬੰਦੇ ਦੀ ਸੁਣਵਾਈ ਇੱਥੇ ਕਿਹੜਾ ਕਰ ਦੂ, ਕਿਹੜਾ ਪੁੱਛਦਾ ਆਮ ਬੰਦੇ ਨੂੰ, ਥੜੇ ਨੀ ਚੜਨ ਦਿੰਦੇ, ਦਫ਼ਤਰ ਨੀ ਕੋਈ ਵੜਨ ਦਿੰਦਾ, ਆਹ ਹਾਲਾਤ ਨੇ ਇੱਥੇ। ਅਗਲਾ ਕਦਮ ਕੀ ਹੈ ਜੀ ਆਪਣਾ? ਅਗਲਾ ਕਦਮ ਸੁਣ ਲਓ, ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੈਂ ਕਹਿ ਦੇਣਾ ਚਾਹੁੰਦਾ, ਜੇ ਇਹਨਾਂ ਦੇ ਕਾਰਵਾਈ ਨਾ ਹੋਈ, ਆਹ ਟਾਲੀਆਂ ਖਿੱਚ ਕੇ ਮੈਂ ਹਾਈਵੇ ਜਾਮ ਕਰੂੰਗਾ, ਮੈਂ ਟਾਲੀਆਂ ਹਾਈਵੇ ਤੇ ਲਿਜਾ ਕੇ ਸੁੱਟੂੰਗਾ, ਉਹਦੀ ਜ਼ਿੰਮੇਵਾਰ ਸਰਕਾਰ ਆ, ਉਹਦੀ ਜ਼ਿੰਮੇਵਾਰ ਐਸ ਐਸ ਪੀ ਬਠਿੰਡਾ, ਡੀ ਸੀ ਬਠਿੰਡਾ, ਜਵਾਬਦੇਹੀ ਮੈਂ ਉਸ ਹਾਈਵੇ ਬਠਿੰਡੇ ਹਾਈਵੇ ਦੇ ਉੱਤੇ ਟਾਲੀਆਂ ਸੁੱਟੂੰਗਾ, ਵੀ ਦੱਸੋ ਆਹ ਟਾਲੀਆਂ ਪੱਟੀਆਂ ਨੂੰ ਅੱਜ 10 ਦਿਨ ਹੋ ਗਏ, ਕਾਰਵਾਈ ਕਿਉਂ ਨਹੀਂ ਕਰ ਰਹੇ? ਸ਼ਰੇਆਮ ਆ ਦੇਖ ਲਓ, ਆਹ ਸਰਕਾਰੀ ਖਾਲ ਹੈ, ਆ ਜਾਂਦਾ ਦਿਖਾ ਦੇ, ਉਹ ਸੜਕ ਹੈ ਵਿਚਾਲੇ ਟਾਲੀਆਂ ਖੜੀਆਂ ਪੱਟੀਆਂ ਗਈਆਂ। ਮਹਿਕਮਾ ਮੰਨ ਗਿਆ, ਜੰਗਲਾਤ ਮਹਿਕਮਾ ਮੰਨ ਗਿਆ, ਜੰਗਲਾਤ ਮਹਿਕਮੇ ਲਿਖ ਕੇ ਦੇਤਾ ਵੀ ਇਹਨਾਂ ਦੇ ਕਾਰਵਾਈ ਕਰੋ, ਬੰਦਿਆਂ ਸਾਡੀਆਂ ਟਾਲੀਆਂ ਪੱਟੀਆਂ, ਉਹਦੇ ਬਾਵਜੂਦ ਕਾਰਵਾਈ ਕਿਉਂ ਨਹੀਂ ਹੋ ਰਹੀ? ਹੁਣ ਮੇਰੇ ਕੋਲ ਰਾਹ ਇਹੀ ਬਚਦਾ ਵੀ ਜੇ ਨਾ ਕਾਰਵਾਈ ਹੋਈ, ਮੈਂ ਸਾਰੀਆਂ ਟਾਲੀਆਂ ਘੜੀਸ ਕੇ ਹਾਈਵੇ ਦੇ ਉੱਤੇ ਲਿਜਾ ਕੇ ਸੁੱਟੂੰਗਾ, ਉੱਥੇ ਸੜਕ ਜਾਮ ਕਰੂੰਗਾ, ਉੱਥੇ ਆ ਕੇ ਸਰਕਾਰ ਇਹ ਪ੍ਰਸ਼ਾਸਨ ਜਵਾਬ ਦੇ ਦੇ ਵੀ ਅਸੀਂ ਟਾਲੀਆਂ ਪੱਟੀਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਹੇ? ਆਹ ਹਾਲਾਤ ਹੈ ਇੱਥੇ, ਆਹ ਆਹ ਕੁਛ ਇੱਥੇ ਚੱਲ ਰਿਹਾ। ਦਿਖਾ ਦੇ ਹੁਣ ਤੂੰ ਏਡੀਆਂ ਦੀਆਂ ਟਾਲੀਆਂ, ਉਹ ਪੰਗਾਂ ਪੱਟੀਆਂ ਹੱਦ ਹੋ ਗਈ ਯਾਰ। ਇੱਕ ਆਈ ਪੀ ਐਸ, ਇੱਕ ਆਈ ਏ ਐਸ ਅਫਸਰ, ਇੱਕ ਐਮ ਐਲ ਏ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਧੱਕਾ ਯਾਰ, ਐਂ ਕਿਵੇਂ ਤੁਸੀਂ ਬਚਾਓਗੇ ਦਰਖਤ? ਐਂ ਤਾਂ ਲੋਕਾਂ ਨੇ ਇੱਥੇ ਕੋਈ ਦਰਖਤ ਨਹੀਂ ਛੱਡਣਾ, ਜਿੰਨੇ ਦਰਖਤ ਖੜੇ ਆ ਕੋਈ ਸੜਕਾਂ ਦੇ ਪਹੀਆਂ ਦੇ ਸਾਰੇ ਖਾ ਜਾਣਗੇ ਲੋਕ, ਖੇਤਾਂ 'ਚ ਖੜੇ ਤਾਂ ਪਹਿਲੇ ਖਾ ਗਏ। ਆਹ ਸਾਬਕਾ ਸਰਪੰਚ ਖੜਾ ਪਿੰਡ ਸਿਲਵਰਾ ਦਾ, ਇਸੇ ਪਿੰਡ ਦਾ ਸਾਬਕਾ ਸਰਪੰਚ ਹੈ, ਇਹਨੂੰ ਪੁੱਛ ਲਿਆ ਜਾਵੇ, ਦੱਸੋ ਭਾਈ ਸਰਪੰਚ ਸਾਹਿਬ, ਉਹ ਜੰਗਲ 5 ਕਿੱਲੇ ਲਾਇਆ ਸੀ, ਉਹਨੂੰ ਪਾਲ ਕੇ ਤਿਆਰ ਕੀਤਾ, ਇਸ ਬੰਦੇ ਦੀ ਬਦੌਲਤ ਇਹਨੇ ਮੇਰੇ ਆਖੇ ਲੱਗਿਆ, 5 ਕਿੱਲੇ ਜ਼ਮੀਨ ਦਿੱਤੀ, ਜੰਗਲ ਲਾਇਆ ਰਲ ਮਿਲ ਕੇ, ਉਹ ਕਾਮਯਾਬ ਕੀਤਾ, ਉਹਨੂੰ ਵੀ ਵੱਟਣ ਨੂੰ ਫਿਰਦੇ ਆ। ਉਲਟੇ ਇਹਨੂੰ ਕਹਿੰਦੇ ਆ ਗਏ ਪਿੰਡ ਵਾਲੇ, ਜਦੋਂ ਨਵਾਂ ਬੰਝ ਕੱਢਦਾ ਜੰਗਲ ਲਾਦਾ, ਇਹ ਜ਼ਮੀਨ ਬਹਿ ਕਰਕੇ ਆਪਾਂ ਦੇਣੀ ਸੀਗੀ ਠੇਕੇ ਤੇ ਲੈ, ਉਹ ਮਰੀ ਜਾਂਦੇ ਹੋ ਬਿਮਾਰੀਆਂ ਨਾਲ, ਤਾਪਮਾਨ ਵੱਧ ਗਿਆ, ਮੀਂਹ ਪੈਂਦਾ ਨਹੀਂ, ਜੀਭ ਤੁਹਾਡੀ ਨਿਕਲੀ ਪਈ ਹੈ, ਦਰਖਤ ਤੁਸੀਂ ਉਹ ਵੀ ਨਹੀਂ ਛੱਡ ਰਹੇ ਯਾਰ, ਆਪਦੇ ਛੱਡਣੇ ਕੀ ਸੀ ਖੇਤਾਂ 'ਚ, ਮੋਟਰਾਂ 'ਤੇ, ਉਹ ਸਰਕਾਰੀ ਖਾਲਾਂ 'ਤੇ, ਪਹੀਆਂ 'ਤੇ, ਸੜਕਾਂ 'ਤੇ, ਸਰਕਾਰੀ ਪੰਚਾਇਤੀ ਥਾਵਾਂ ਤੋਂ ਵੀ ਪੱਟਣ ਨੂੰ ਫਿਰਦੇ ਆ, ਤੁਸੀਂ ਦੱਸੋ ਸਰਪੰਚ ਸਾਹਿਬ, ਆਹ ਜਿਹੀਆਂ ਟਾਲੀਆਂ ਪੱਟੀਆਂ ਨਾਲ ਜਪ ਕਾਇਦਨ ਹੋ ਗਏ, ਕਾਰਵਾਈ ਹੋਣੀ ਚਾਹੀਦੀ ਇਸ 'ਤੇ ਹੀ ਕਿ ਨਹੀਂ? ਉਹ ਕਾਰਵਾਈ ਦੇ ਬਜਾਏ ਉਹ ਤਾਂ ਸਗੋਂ ਸਾਨੂੰ ਧਮਕਾਉਂਦੇ ਆ ਵੀ ਆ ਕੇ ਤੁਸੀਂ ਬੈਰ ਪਾਲਿਆ ਕਰ ਲੈ, ਨਵਾਂ ਬੰਝ ਕੱਢਣਾ, ਤੁਸੀਂ ਐਂ ਕਰ ਦਿਓ, ਸਾਨੂੰ ਕਹਿ ਰਹੇ ਆ ਸਗੋਂ ਆ ਕੇ ਵੀ ਤੁਸੀਂ ਇਹ ਕਾਰਵਾਈ ਨਾ ਕਰੋ, ਅਸੀਂ ਤੁਹਾਨੂੰ ਸਾਰਨੀ ਵਾਲੇ ਤੌਰ 'ਤੇ ਖੜੇ ਹਾਂ ਦਰਖਤਾਂ ਕਰਕੇ, ਨਾ ਸਾਡਾ ਕਿਸੇ ਨਾਲ ਲੱਖੇ ਨਾਲ ਵੱਲਿਆ ਜਾਂ ਨਾ ਸਾਡੀ ਗਾਹਾਂ ਉਹਨਾਂ ਨਾਲ ਦੁਸ਼ਮਣੀ ਆ ਕਿਸੇ ਨਾਲ, ਅਸੀਂ ਤੁਹਾਨੂੰ ਸਾਰਨੀ ਵਾਲੇ ਤੌਰ 'ਤੇ ਖੜੇ ਵੀ ਆਹ ਦਰਖਤ ਸੀਗੇ, ਇਹ ਸਹੀ ਆ, ਇਹਦੇ ਇਨਸਾਫ਼ ਮਿਲਣਾ ਚਾਹੀਦਾ ਜੀ, ਮੇਰੀ ਤਾਂ ਇਹੀ ਅਪੀਲ ਆ ਜੀ। ਜੰਗਲਾਤ ਮਹਿਕਮਾ ਕੀ ਮਿਲੇ ਤੁਸੀਂ? ਹਾਂ ਸਾਰਿਆਂ ਨੂੰ, ਸਾਰੇ ਦੇਖ ਕੇ ਗਏ ਮੁੱਕ, ਆ ਜਿਹੜਾ ਕ੍ਰਿਸ਼ਨ ਕੁਮਾਰ ਆਈ ਉਹ ਆਪ ਆਇਆ ਉੱਥੇ, ਅਸੀਂ ਆਪ ਕੋਲੇ ਇੱਥੇ ਵੀਡੀਓ ਆਇਆ, ਇੱਥੇ ਹੋਰ ਅਧਿਕਾਰੀ ਆਏ, ਸਾਰੇ ਮੌਕਾ ਦੇਖ ਕੇ, ਸਾਰਾ ਮੌਕਾ ਦੇਖ ਕੇ ਲਿਖ ਕੇ ਗਿਆ, ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਇੱਥੇ ਆਇਆ, ਦਰੋਗੇ ਇੱਥੇ ਆ, ਸਾਰਾ ਲਿਖ ਕੇ ਲਗਾ, ਲਿਖ ਕੇ ਦੇ ਵੀ ਦਿੱਤਾ, ਕਾਰਵਾਈ ਤਾਂ ਵੀ ਨਹੀਂ ਕੋਈ। ਚੱਲ ਜੇ ਇੱਕ ਡੱਗ ਪਈ, ਉਹ ਦੂਜੀ ਟਾਲੀ ਹਜੇ ਕਹਿੰਦੇ ਆ ਉਹ ਪੜਦੇ ਸੀ, ਪੜਦਿਆਂ ਨੂੰ ਰੁਕ ਕੇ ਥੱਲੇ ਦੇਖਣਾ, ਥੱਲੇ ਉਹ ਪੱਟੀ ਪਈ ਆ, ਉਹ ਦਿਖਾ ਦਿੰਦੇ ਜਾ ਕੇ।